ਡੁੱਬਣਾ ਮਸਾ ਸਿਆਲੇ ਵੀ ਮਜ਼ਾਕ ਉਡਾ ਕੇ ਕਹਿੰਦੇ ਵੀ ਵਿਚਾਰਾ ਮੇਰੇ ਵਰਗਾ ਸੀ ਕਹਿੰਦੇ ਚੜਿਆ ਜਾ ਗੰਦੇ ਸਿਰ ਵਾਲਿਆ ਚੜਿਆ ਜਾ ਉਹਨੂੰ ਆਪਣੇ ਗੰਜੇ ਸਿਰ ਦਾ ਅਫਸੋਸ ਨਹੀਂ ਸੀ ਹੋਇਆ ਉਹਦੇ ਨਾਲ ਉਹਨੂੰ ਕੋਈ ਮਤਲਬ ਨਹੀਂ ਕਿਉਂਕਿ ਉਹ ਇਸ ਤਰ੍ਹਾਂ ਹੈ ਮੈਂ ਇਸ ਤਰ੍ਹਾਂ ਲੈਣਾ ਕਿ ਯਸੂ ਮਸੀਹ ਦੇ ਮੂੰਹ ਦੇ ਉੱਤੇ ਲੋਕਾਂ ਨੇ ਥੁੱਕ ਦਿੱਤਾ ਸੀ ਯਸੂ ਮਸੀਹ ਦੇ ਮੂੰਹ ਦੇ ਉੱਤੇ ਚਪੇੜਾਂ ਮਾਰੀਆਂ ਗਈਆਂ ਸੀ ਇਸ ਲਈ ਉਹ ਖੁਦਾ ਦਾ ਬੰਦਾ ਸੀ ਜਿਹਨੇ ਉਸ ਮਸੀਹ ਨੂੰ ਜਿਹੜਾ ਏਲੀਜਾ ਦੇ ਉੱਤੇ ਸੀ ਜਦੋਂ ਚਾਦਰ ਉਹਦੇ ਉੱਤੇ ਪਾਈ ਤੇ ਉਹਨੂੰ ਸਪਸ਼ਟ ਕੀ ਹੋਈ ਉਸ ਮਸੀਹ ਨੂੰ ਉਹਨੇ ਪਾ ਲਿਆ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਮਸੀਹ ਨੂੰ ਮੈਂ ਗ੍ਰਹਿਣ ਕਰਨਾ ਆ ਉਸ ਮਸੀਹ ਨੂੰ ਜਿਹੜਾ ਜਾਣਦਾ ਸੀ ਉਹਨੂੰ ਪਤਾ ਸੀ ਕਿ ਸਾਡਾ ਆਦਰ ਵੀ ਕੋਈ ਨਹੀਂ ਤੇ ਸਾਡਾ ਨਿਰਾਦਰ ਵੀ ਖੁਦਾ ਦੇ ਬੰਦੇ ਦਾ ਕਾਹਦਾ ਆਦਰ ਤੇ ਕਾਹਦਾ ਨਿਰਾਦਰ ਉਹਨੂੰ ਨਾ ਆਦਰ ਤੋਂ ਬਹੁਤ ਜ਼ਿਆਦਾ ਖੁਸ਼ ਹੋਣਾ ਚਾਹੀਦਾ ਤੇ ਨਾ ਨਿਰਾਦਰ ਤੋਂ ਬਹੁਤ ਜ਼ਿਆਦਾ ਘਬਰਾਉਣਾ ਚਾਹੀਦਾ ਕਿਉਂਕਿ ਸਾਡਾ ਤੇ ਹੋਣਾ ਹੀ ਨਿਰਾਦਰ ਹੈ ਔਰ ਅਸਲ ਦੇ ਵਿੱਚ ਸਾਡਾ ਨਿਰਾਦਰ ਹੀ ਖੁਦਾ ਦੀ ਨਜ਼ਰ ਦੇ ਵਿੱਚ ਸਾਡਾ ਆਦਰ ਹੈ ਤੇ ਜੇ ਅਸੀਂ ਇੱਥੇ ਆਦਰ ਚਾਹੁੰਦੇ ਨੇ ਤੇ ਫਿਰ ਆਦਰ ਇੱਥੇ ਹੀ ਲਿਖਿਆ ਹੋਣਾ ਹੈ ਉੱਥੇ ਦੇ ਬਾਰੇ ਭੁੱਲ ਜਾਓ ਉੱਥੇ ਉਹ ਕਹਿੰਦਾ ਮੈਂ ਸਾਫ ਕਹਿ ਦੂੰਗਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਕਿਉਂਕਿ ਤੁਸੀਂ ਆਦਰ ਲੈਣਾ ਸੀਗਾ ਮੈਂ ਤੁਹਾਨੂੰ ਦੇਣਾ ਸੀ ਤੁਸੀਂ ਮੇਰੇ ਕੋਲ ਨਹੀਂ ਲਿਆ ਉੱਥੇ ਆਦਰ ਕਰਾਉਂਦੇ ਰਹੇ ਹੁਣ ਇੱਕੋ ਥਾਂ ਤੇ ਮਿਲਣਾ ਸੀ ਜਾਂ ਉੱਥੇ ਆਦਰ ਲੈ ਲੈਂਦੇ ਤੇ ਜਾਂ ਫਿਰ ਇੱਥੇ ਆਦਰ ਲੈ ਲੈਂਦੇ ਉਹਨੂੰ ਆਪਣੇ ਗੰਜੇ ਸਿਰ ਕਹਿਣ ਦਾ ਕੋਈ ਅਫਸੋਸ ਨਹੀਂ ਸੀ ਉਹ ਪਿੱਛੇ ਜੋ ਹੋ ਕੇ ਆਇਆ ਉਹਨੂੰ ਯਾਦ ਕਰ ਰਿਹਾ ਲਾਣਤੀ ਲੋਕਾਂ ਨੂੰ ਦੁੱਗਣੇ ਮੱਸੇ ਦੇ ਬਾਰੇ ਪਤਾ ਚੱਲ ਗਿਆ ਪਰ ਬੈਤੇਲ ਖੁਦਾ ਦਾ ਘਰ ਬੈਤੇਲ ਉਹ ਮੁਬਾਰਕ ਜਗ੍ਹਾ ਬੈਤੇਲ ਉਹ ਜਗ੍ਹਾ ਜਿੱਥੇ ਲੂਤ ਆਪਣੇ ਯਾਕੂਬ ਨੂੰ ਦਰਸ਼ਨ ਹੋਇਆ ਬੈਤੇਲ ਉਹ ਜਗ੍ਹਾ ਜਿਹਦਾ ਲੂਸ ਤੋਂ ਨਾਮ ਬਦਲ ਕੇ ਉਹਨੇ ਬੈਤੇਲ ਰੱਖਿਆ ਬੈਤੇਲ ਉਹ ਜਗ੍ਹਾ ਜਿਹੜੀ ਬੈਤੇਲ ਤੋਂ ਬੈਤਲਹਮ ਬਣ ਗਈ ਬੈਤਲਹਮ ਜਿੱਥੇ ਖੁਦਾ ਦਾ ਘਰ ਬਣਿਆ ਉਹ ਜਗ੍ਹਾ ਉਹ ਮੁਬਾਰਕ ਜਗ੍ਹਾ ਉਸ ਮੁਬਾਰਕ ਜਗ੍ਹਾ ਦੇ ਮੁਬਾਰਕ ਲੋਕ ਤੇ ਤਲੀਮ ਬੱਚਿਆਂ ਨੂੰ ਕਿਹੋ ਜਿਹੀ ਦਿੱਤੀ ਸਿੱਖਿਆ ਕਿਹੋ ਜਿਹੀ ਦਿੱਤੀ ਹੈ ਮਰਕਸ ਦੀ ਅੰਜੀਲ ਉਹਦਾ 6 ਅਧਿਆਏ ਉਹਦੇ 4 ਵਰਸ ਪੜ੍ਹਾਂਗੇ ਆਪਣੇ 3-4 ਵਰਸ ਪੜ੍ਹਾਂਗੇ ਇਸ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਮਰਕਸ ਦੀ ਅੰਜੀਲ ਚੈਪਟਰ 6 ਵਰਸ 3-4 ਭਲਾ ਇਹ ਤਰਖਾਣ ਨਹੀਂ ਮਰੀਮ ਦਾ ਪੁੱਤਰ ਅਤੇ ਯਕੂਬ ਅਰ ਯੋਸੇਸ ਅਰ ਯਹੂਦਾ ਅਰ ਸ਼ਮੌਨ ਦਾ ਭਰਾ ਅਤੇ ਉਹਦੀਆਂ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ ਸੋ ਉਹਨਾਂ ਉਸ ਤੋਂ ਠੋਕਰ ਖਾਧੀ ਯਸੂ ਨੇ ਉਹਨਾਂ ਨੂੰ ਆਖਿਆ ਨਬੀ ਦਾ ਆਪਣੇ ਦੇਸ਼ ਆਪਣੇ ਅੰਗ ਸਾਕ ਅਤੇ ਆਪਣੇ ਘਰ ਤੋਂ ਬਿਨਾਂ ਹੋਰ ਕਿਤੇ ਨਿਰਾਦਰ ਨਹੀਂ ਯਸੂ ਸੀ ਐਵੇਂ ਕਹਿ ਰਿਹਾ ਉਹਨੂੰ ਪਤਾ ਸੀ ਇਲਾਕੇ ਦੇ ਲੋਕ ਕਿਹੋ ਜਿਹੇ ਹਨ ਉਹਨਾਂ ਨੇ ਆਪਣੇ ਬੱਚਿਆਂ ਨੂੰ ਜਿੱਥੇ ਤਲੀਮ ਦੇਣੀ ਸੀ ਜਿੱਥੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਖੁਦਾ ਦੇ ਬੰਦੇ ਦਾ ਆਦਰ ਕਰਨਾ ਸਿਖਾਉਣਾ ਸੀ ਉਹਨਾਂ ਨੇ ਦੱਸਿਆ ਹੀ ਨਹੀਂ ਸੀ ਕਿਸੇ ਨੇ ਉਹਨਾਂ ਨੇ ਸਿਖਾਇਆ ਹੀ ਨਹੀਂ ਕਿ ਖੁਦਾ ਦੇ ਬੰਦੇ ਦਾ ਆਦਰ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਉਹੀ ਵਜ੍ਹਾ ਬਣੀ ਬੰਦੇ ਨੂੰ ਖੁਦਾ ਦੇ ਨੂੰ ਇਸ ਚੀਜ਼ ਦਾ ਅਫਸੋਸ ਨਹੀਂ ਹੋਇਆ ਕਿ ਇਹਨਾਂ ਨੇ ਮੇਰਾ ਨਿਰਾਦਰ ਕੀਤਾ ਆ ਬਲਕਿ ਅਫਸੋਸ ਇਸ ਗੱਲ ਦਾ ਹੋਇਆ ਕਿ ਕਿਉਂ ਇਹਨਾਂ ਦੇ ਮਾਪਿਆਂ ਨੇ ਇਹਨਾਂ ਨੂੰ ਖੁਦਾ ਦੇ ਬੰਦੇ ਦਾ ਆਦਰ ਕਰਨਾ ਨਹੀਂ ਸਿਖਾਇਆ ਮੈਨੂੰ ਯਾਦ ਹੈ ਮੈਂ ਆਪਣੇ ਉਸਤਾਦ ਦੇ ਨਾਲ ਇੱਕ ਵਾਰ ਇੱਕ ਸਾਡੇ ਲਾਗੇ ਪਿੰਡ ਹੈ ਫੋਲੜੀਆਲ ਉੱਥੇ ਗਏ ਉਸ ਘਰ ਦੇ ਵਿੱਚ ਜਦੋਂ ਦਾਖਲ ਹੋਏ ਤੇ ਕੁੱਤੇ ਪੈ ਗਏ ਜਦੋਂ ਦੋ ਕੁੱਤੇ ਰੱਖੇ ਸਨ ਪੈ ਗਏ ਤੇ ਡਰਦਾ ਬੰਦਾ ਪਿੱਛੇ ਨੂੰ ਹਟਦਾ ਹੀ ਹੈ ਤੇ ਉਧਰੋਂ ਉਹਨਾਂ ਦੀ ਇੱਕ ਜਵਾਨ ਬੇਟੀ ਹੱਸਦੀ ਹੋਈ ਆ ਰਹੀ ਹੈ ਕਹਿੰਦੀ ਪਾਸ਼ੀ ਡਰੋ ਨਾ ਉਹ ਤੁਹਾਨੂੰ ਜੈਮਸੀ ਕੀ ਕਹਿ ਰਿਹਾ ਕਿਉਂਕਿ ਪਾਸ਼ੀ ਸਾਡੇ ਬੜੇ ਮਜ਼ਾਕੀ ਟਾਈਪ ਦੇ ਸੀਗੇ ਔਰ ਉਹ ਕਹਿੰਦੇ ਵੀ ਬਿਲਕੁਲ ਸਹੀ ਹੈ ਤੁਹਾਨੂੰ ਤੇ ਸਮਝ ਹੈ ਨੀ ਕੁੱਤੇ ਨੂੰ ਸਮਝ ਹੈਗੀ ਹੈ ਉਹ ਤੁਹਾਡੇ ਤੋਂ ਪਹਿਲਾਂ ਜੈਮਸੀ ਕੀ ਕਹਿ ਰਿਹਾ ਜਦਕਿ ਆਦਰ ਦੇ ਲਈ ਤੁਹਾਨੂੰ ਸਤਿਕਾਰ ਦੇ ਲਈ ਖੜਾ ਹੋਣਾ ਚਾਹੀਦਾ ਸੀ ਕੁੱਤੇ ਤੋਂ ਪਹਿਲਾਂ ਕਿਉਂਕਿ ਖੁਦਾ ਦਾ ਬੰਦਾ ਤੁਹਾਡੇ ਘਰ ਆ ਰਿਹਾ ਆਦਰ ਦਾ ਹੀ ਨਹੀਂ ਪਤਾ ਆਦਰ ਕਿਵੇਂ ਹੈ ਅਸੀਂ ਅੱਜ ਇੱਕ ਹੋਰ ਪੜ੍ਹਾਂਗੇ ਰਸੂਲਾਂ ਦੀ ਕਿਤਾਬ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਸੁਣਦੇ ਹਾਂ ਤੇ ਫਿਰ ਸੁਣਦੇ ਅਨੁਸਾਰ ਮੁਤਾਬਕ ਅਸੀਂ ਅਮਲ ਕਰੀਏ ਕਿਉਂਕਿ ਜਿੰਨੀ ਦੇਰ ਤੱਕ ਅਮਲ ਨਹੀਂ ਕਰਦੇ ਉਨੀ ਦੇਰ ਤੱਕ ਕਿਸੇ ਵੀ ਸੁਣੀ ਹੋਈ ਗੱਲ ਦਾ ਕੋਈ ਵੀ ਫਾਇਦਾ ਨਹੀਂ ਹੈ ਰਸੂਲਾਂ ਦੀ ਕਿਤਾਬ ਉਹਦਾ 10 ਅਧਿਆਇ ਚੈਪਟਰ 10 ਇਹਦੇ ਚ ਲਿਖਿਆ ਹੈ ਕਿ ਕੈਸਰੇ ਚ ਕੁਰਨੇਲੀਅਸ ਕਰਕੇ ਇੱਕ ਮਨੁੱਖ ਸੀ ਜਿਹੜਾ ਇਟਾਲੀਅਨ ਨਾਮੇ ਇੱਕ ਪਲਟਨ ਦਾ ਸੂਬੇਦਾਰ ਸੀ ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ ਪਰਮੇਸ਼ਵਰ ਦਾ ਡਰ ਮੰਨਣ ਵਾਲਾ ਸੀ ਹਾਲੇਲੂਇਆ ਇਹ ਸਾਰੇ ਟੱਬਰ ਸਣੇ ਡਰ ਮੰਨਦਾ ਸੀ ਇਹਦਾ ਮਤਲਬ ਇਹ ਵੀ ਅਜੂਬ ਦੀ ਤਰ੍ਹਾਂ ਸੀ ਇਹ ਆਪਣੇ ਸਾਰੇ ਟੱਬਰ ਸਣੇ ਇਹਨੇ ਸਿਖਾਇਆ ਹੋਇਆ ਸੀ ਆਪਣੇ ਬੱਚਿਆਂ ਤੱਕ ਨੂੰ ਕਿ ਸਾਨੂੰ ਖੁਦਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੱਲਣ ਦੀ
ਜ਼ਰੂਰਤ ਹੈ। ਇਹ 42 ਬੱਚੇ ਜਿਹੜੇ ਮਾਰੇ ਮਰ ਗਏ, ਜਿਹਨਾਂ ਨੂੰ ਰਿੱਛ ਖਾ ਗਿਆ, ਉਹਦੀ ਵਜ੍ਹਾ ਬਣੀ ਕਿ ਉਹਨਾਂ ਨੇ ਪਰਮੇਸ਼ੁਰ ਦੇ ਬੰਦੇ ਦਾ ਆਦਰ ਕਿਵੇਂ ਹੋਣਾ ਚਾਹੀਦਾ ਉਹਨਾਂ ਨੂੰ ਸਿਖਾਇਆ ਨਹੀਂ ਸੀ। ਔਰ ਇੱਥੇ ਜੋ ਵੀ ਇਹਦੇ ਨਾਲ ਹੋਇਆ ਸੀ ਕਈ ਵਾਰ ਪੜ੍ਹ ਚੁੱਕੇ ਹਾਂ, ਲੇਕਿਨ ਇੱਥੇ ਅਸੀਂ ਇੱਕ ਆਇਤ ਪੜ੍ਹਾਂਗੇ। ਦੂਜੇ ਦਿਨ ਉੱਠ ਕੇ ਉਹਨਾਂ ਦਾ ਆਪਣੇ ਅਸੀਂ ਪੜ੍ਹਾਂਗੇ। ਹਾਂਜੀ ਠੀਕ ਹੈ, 10 ਅਧਿਆਇ ਉਹਦੀ 23 ਵਰਸ ਤੋਂ। ਦੂਜੇ ਦਿਨ ਉੱਠ ਕੇ ਉਹਨਾਂ ਦੇ ਨਾਲ ਗਿਆ ਅਤੇ ਕਈ ਭਾਈ ਯਾਪਾ ਦੇ ਰਹਿਣ ਵਾਲੇ ਉਹਦੇ ਨਾਲ ਹੋ ਤੁਰੇ। ਅਗਲੇ ਭਲਕ ਉਹ ਕੈਸਰਿਆ ਵਿੱਚ ਪਹੁੰਚੇ ਅਤੇ ਕੁਰਨੇਲੀਅਸ ਆਪਣੇ ਸਾਕਾਂ ਆਪਣੇ ਪਿਆਰੇ ਮਿੱਤਰਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਰਾਹ ਵੇਖ ਰਿਹਾ ਸੀ। ਸਿਰਫ ਇਹਨਾਂ ਨਹੀਂ, ਦਰਸ਼ਨ ਪਤਰਸ ਨੂੰ ਵੀ ਹੋਇਆ, ਦਰਸ਼ਨ ਕੁਰਨੇਲੀਅਸ ਨੂੰ ਵੀ ਹੋਇਆ। ਦੋਨਾਂ ਨੂੰ ਇੱਕੋ ਜਿਹੀ ਗੱਲ ਦੱਸੀ ਗਈ ਹੈ। ਖੁਦਾ ਦੇ ਬੰਦੇ ਨੂੰ ਸੁਨੇਹਾ ਭੇਜ ਦਿੱਤਾ ਗਿਆ ਆਪਣੇ ਵਫਾਦਾਰ ਬੰਦਿਆਂ ਦੇ ਥਰੂ, ਲੇਕਿਨ ਅਜੇ ਵੀ ਉਹਦੇ ਮਨ ਨੂੰ ਤਸੱਲੀ ਨਹੀਂ ਹੈ। ਬੰਦੇ ਵੀ ਉਹ ਭੇਜੇ ਸੀ ਜਿਨ੍ਹਾਂ ਤੇ ਪੂਰਾ ਯਕੀਨ ਸੀ ਵੀ ਇਹ ਵਧੀਆ ਢੰਗ ਦੇ ਨਾਲ ਉਹਨੂੰ ਜਾ ਕੇ ਮਿਲਣਗੇ, ਵਧੀਆ ਢੰਗ ਦੇ ਉਹਨੂੰ ਸਾਰਾ ਕੁਝ ਦੱਸਣਗੇ, ਵਧੀਆ ਢੰਗ ਦੇ ਨਾਲ ਉਹਨੂੰ ਲੈ ਕੇ ਆਉਣਗੇ। ਲੇਕਿਨ ਇਹਦੇ ਬਾਵਜੂਦ ਵੀ ਉਹਦੇ ਮਨ ਨੂੰ ਚੈਨ ਨਹੀਂ ਸੀ। ਉਹਨੇ ਕਿਹਾ ਖੁਦਾ ਦੇ ਬੰਦੇ ਨੇ ਆਉਣਾ ਆ ਤੇ ਉਹ ਸਿੱਧਾ ਸਾਡੇ ਘਰ ਦੇ ਵਿੱਚ ਆ ਵੜੇ, ਇਹ ਚੰਗੀ ਗੱਲ ਨਹੀਂ। ਸਾਨੂੰ ਉਹਦਾ ਵੈਲਕਮ ਕਰਨ ਦੇ ਲਈ ਉਹਦੇ ਰਸਤੇ ਦੇ ਵਿੱਚ ਉਹਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਅੱਜ ਅਸੀਂ ਸੁਣਦੇ ਤੇ ਬੜਾ ਹਾਂ ਪਰ ਅਮਲ ਨਹੀਂ ਹੁੰਦਾ। ਮੈਂ ਕਈ ਵਾਰੀ ਦੱਸਿਆ ਸਾਡੇ ਇਲਾਕੇ ਦੇ ਵਿੱਚ 2 ਪ੍ਰੋਗਰਾਮ ਹੋਏ ਸੀਗੇ, ਔਰ ਉੱਥੇ ਜਦੋਂ ਪ੍ਰੋਗਰਾਮ ਹੋਏ, ਇੱਕ ਸਾਡੇ 7 ਕਰਤਾਰੀਆ ਮਿਸ਼ਨ ਹੈ ਉਹਨਾਂ ਦੇ ਧਾਰਮਿਕ ਆਗੂ ਨੇ ਆਉਣਾ ਸੀਗਾ, ਔਰ ਉਹ ਧਾਰਮਿਕ ਆਗੂ ਜਦੋਂ ਲੇਟ ਹੋ ਗਿਆ, ਬਹੁਤ ਜ਼ਿਆਦਾ ਲੇਟ ਹੁੰਦਾ ਪ੍ਰੋਗਰਾਮ ਜਿੰਨੇ ਵਜੇ ਦਾ ਸੀ 6 ਘੰਟੇ ਉਹ ਲੇਟ ਹੋ ਗਿਆ, ਔਰ ਲੋਕ ਕਈ ਕਈ ਕਿਲੋਮੀਟਰ ਤੱਕ ਰੋਡ ਦੇ ਉੱਤੇ ਦੋਨੇ ਪਾਸੇ ਲਾਈਨਾਂ ਲਗਾ ਕੇ ਖੜੇ ਆ ਕਿ ਸਾਡੇ ਗੁਰੂ ਨੇ ਆਉਣਾ ਹੈ, ਔਰ ਅਸੀਂ ਨੇੜੇ ਤੋਂ ਉਹਦਾ ਦਰਸ਼ਨ ਕਰਨਾ, ਅਸੀਂ ਨੇੜੇ ਤੋਂ ਉਹਦਾ ਦੀਦਾਰ ਕਰਨਾ ਹੈ। ਔਰ ਲੋਕ ਇੰਤਜ਼ਾਰ 'ਚ ਖੜੇ, 6 ਘੰਟੇ ਬੀਤ ਗਏ, ਲੋਕੀ ਫਿਰ ਵੀ ਇੰਤਜ਼ਾਰ 'ਚ ਖੜੇ ਆ। ਔਰ ਜਦੋਂ ਗੁਰੂ ਉਹਨਾਂ ਦਾ ਆਇਆ, ਉਹ ਗੱਡੀ ਕਿਉਂਕਿ ਲੇਟ ਸੀਗੀ ਤੇ ਵਿੱਚੋਂ ਦੀ ਨਿਕਲ ਗਿਆ, ਉੱਦਾਂ ਉਹਨਾਂ ਨੇ ਉੱਥੋਂ ਰੋਕ ਰੋਕ ਕੇ ਜਾਣਾ ਸੀ, ਸਾਰਿਆਂ ਦਾ ਅਭਿਵਾਦਨ ਉਹਨਾਂ ਨੇ ਸਵੀਕਾਰ ਕਰਨਾ ਸੀ, ਸਾਰਿਆਂ ਦਾ ਵੈਲਕਮ ਉਹਨਾਂ ਨੇ ਕਬੂਲ ਕਰਨਾ ਸੀ, ਲੇਕਿਨ ਦੇਰੀ ਦੇ ਕਾਰਨ ਉਹ ਸਿੱਧੇ ਨਿਕਲ ਗਏ। ਲੋਕ ਪਿੱਟ ਰਹੇ ਆ, ਰੋ ਰਹੇ ਆ, ਵੱਡੇ ਵੱਡੇ ਅੱਥਰੂ ਵਹਾ ਰਹੇ ਆ ਤੇ ਕੀ ਲਫ਼ਜ਼ ਕਹਿ ਰਹੇ ਆ। ਸਾਡੇ ਇੱਦਾਂ ਹੁੰਦਾ, ਮੈਂ ਇਹਦੇ ਉੱਤੇ ਵਿਚਾਰ ਕਰਦਾ ਸੀ, ਕਹਿਣਾ ਜੀ ਦਫ਼ਾ ਮਾਰੋ ਇੱਦਾਂ ਦੇ ਪਾਦਰੀ ਨੂੰ, ਅਸੀਂ 6 ਘੰਟੇ ਹੋ ਗਏ ਇੰਤਜ਼ਾਰ ਕਰਨ ਡਏ ਹਾਂ, ਇਹਨੂੰ ਤੇ ਅਕਲ ਹੀ ਨਹੀਂ ਗੀ, ਇਹਨੂੰ ਤੇ ਮਸਤ ਹੀ ਨਹੀਂ ਗੀ, ਇਹ ਅਸੀਂ ਇਹਦਾ ਇੰਤਜ਼ਾਰ ਕਰਦੇ ਹਾਂ, ਅਸੀਂ ਸੋਚਿਆ ਅਸੀਂ ਇਹਨੂੰ ਮਿਲਾਂਗੇ, ਇਹ ਤੇ ਸਾਡੇ ਵਿੱਚੋਂ ਦੀ ਸਿੱਧਾ ਹੀ ਨਿਕਲ ਗਿਆ, ਇਹਨੇ ਤੇ ਸਾਨੂੰ ਪੁੱਛਿਆ ਹੀ ਨਹੀਂ। ਇਹ ਕਿਉਂ ਆ? ਕਿਉਂਕਿ ਸਾਡੇ ਤਲੀਮ ਹੀ ਇੱਦਾਂ ਦੀ ਸ਼ੁਰੂ ਤੋਂ ਦੇ ਦਿੱਤੀ ਗਈ ਆ। ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਸੇਵਾ ਕਰਾਉਣ ਨਹੀਂ, ਮੈਂ ਸੇਵਾ ਕਰਨ ਆਇਆ, ਤੇ ਹੁਣ ਕਰਨੀ ਕਹਿੰਦੇ ਇੱਕ ਨੂੰ ਤੇ ਕਰਨੀ ਪੈਣੀ ਹੈ। ਉਹ ਅਸੀਂ ਸਿਖਾਉਣ ਦੇ ਵਿੱਚ ਨਾਕਾਮ ਹੋਏ, ਅਸੀਂ ਸਿਖਾ ਹੀ ਨਹੀਂ ਸਕੇ ਕਿ ਗੁਰੂ ਦਾ ਆਦਰ ਕੀ ਹੁੰਦਾ, ਗੁਰੂ ਦਾ ਸਤਿਕਾਰ ਕੀ ਹੁੰਦਾ, ਜਦਕਿ ਬਾਈਬਲ ਦੇ ਵਿੱਚ ਸੈਂਕੜੇ ਰੈਫਰੈਂਸ ਹਨ ਕਿ ਗੁਰੂ ਦਾ ਸਤਿਕਾਰ ਯਿਸੂ ਮਸੀਹ ਦਾ ਸਤਿਕਾਰ ਹੈ, ਯਿਸੂ ਮਸੀਹ ਦਾ ਸਤਿਕਾਰ ਪਰਮ ਪਿਤਾ ਪਰਮੇਸ਼ੁਰ ਦਾ ਸਤਿਕਾਰ ਹੈ, ਲੇਕਿਨ ਸਿਖਾਇਆ ਹੀ ਨਹੀਂ। ਉਹ ਲੋਕ ਛਾਤੀਆਂ ਪਿੱਟ ਰਹੇ ਆ ਔਰ ਕੀ ਕਹਿ ਰਹੇ ਆ, ਸਾਡੀ ਜ਼ਿੰਦਗੀ ਦੇ ਉੱਤੇ ਹਾਏ, ਸਾਡੇ ਨਸੀਬ ਦੇ ਵਿੱਚ ਨਹੀਂ ਸੀ ਅਸੀਂ ਆਪਣੇ ਗੁਰੂ ਨੂੰ ਨੇੜੇ ਤੋਂ ਦੇਖ ਸਕਦੇ। ਹਾਲੇ ਸਾਡੇ ਨਸੀਬ ਦੇ ਵਿੱਚ ਨਹੀਂ ਤੇ ਸਾਡੇ 5 ਮਿੰਟ ਪਾਦੀ ਲੇਟ ਹੋ ਜਾਵੇ ਨਾ ਤੇ ਲੋਕੀ ਦਾ ਵਿਹਾਰ ਹੀ ਚੇਂਜ ਹੋ ਜਾਂਦਾ ਹੈ। ਹਾਂਜੀ ਆ ਗਿਆ ਜੀ ਚੇਤਾ, ਆ ਗਏ ਹੋ, ਚਲੋ ਕੋਈ ਗੱਲ ਨਹੀਂ, ਹੁਣ ਰੋਟੀ ਪਾਣੀ ਬਾਅਦ ਖਵਾਵਾਂਗੇ, ਪਹਿਲਾਂ ਜਿਹੜਾ ਦੱਸਣਾ ਉਹ ਦੱਸੋ। ਇਹ ਸੁਣੇ ਹੋਏ ਦਾ ਕਰਕੇ ਹੀ ਆ ਸਾਰਾ ਚੱਕਰ ਚੱਲ ਰਿਹਾ, ਸੁਣਿਆ ਨਹੀਂ ਤਰੀਕੇ ਦਾ, ਲੋਕਾਂ ਨੂੰ ਦੱਸਿਆ ਨਹੀਂ ਗਿਆ ਗੁਰੂ ਦਾ ਸਤਿਕਾਰ ਕੀ ਹੁੰਦਾ ਆ, ਗੁਰੂ ਦਾ ਆਦਰ ਕੀ ਹੁੰਦਾ, ਉਸਤਾਦ ਹੁੰਦਾ ਕੀ, ਟੀਚਰ ਹੁੰਦਾ ਕੀ ਆ, ਉਹਦੇ ਨਾਲ ਕਿਸ ਤਰ੍ਹਾਂ ਪੇਸ਼ ਹੋਣਾ ਸਮਝਾਇਆ ਹੀ ਨਹੀਂ ਗਿਆ, ਔਰ ਇਹ ਨਾ ਸਮਝੀਦਾ ਕਰਕੇ ਅੱਜ ਸਾਰੀ ਕ੍ਰਿਸਚੈਨਿਟੀ ਦੀ ਜਿਹੜੀ ਸੂਰਤ ਉਹ ਵਿਗੜੀ ਹੋਈ। ਮੈਂ ਬ੍ਰਦਰ ਨਾਲ ਗੱਲ ਕਰ ਰਿਹਾ ਸੀ, ਅਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਸੀ, ਇੱਕ ਘਰ ਦੇ ਵਿੱਚ ਟੇਕਾ ਲਿਆ, ਉਹ ਜੱਟ ਬਰਾਦਰੀ ਤੋਂ ਸੀ ਬੰਦਾ, ਉਹਨਾਂ ਦੇ ਨਾਲ ਯਿਸੂ ਮਸੀਹ ਦੇ ਬਾਰੇ ਗੱਲ ਚੱਲੀ, ਉਹਨਾਂ ਦੇ ਇੱਕ ਬਜ਼ੁਰਗ ਆਦਮੀ ਕਹਿੰਦਾ, ਕਹਿੰਦਾ ਜੀ ਵੀ ਇਹਦੇ ਵਿੱਚ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਪ੍ਰਭੂ ਯਿਸੂ ਮਸੀਹ ਇੱਕ ਬਹੁਤ ਵੱਡੀ ਮਹਾਨ ਸ਼ਖਸੀਅਤ ਸਨ, ਇਹਦੇ ਵਿੱਚ ਕਹਿੰਦਾ ਕੋਈ ਦੋ ਰਾਏ ਨਹੀਂ। ਦੂਜੀ ਕੌਮ ਦਾ ਬੰਦਾ ਬੜੇ ਅਦਬ ਦੇ ਨਾਲ ਯਿਸੂ ਮਸੀਹ ਦੇ ਆਦਰ ਦੇ ਵਿੱਚ ਲਫ਼ਜ਼ ਕਹਿ ਰਿਹਾ,
ਕਹਿੰਦਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਯਿਸੂ ਮਸੀਹ ਇੱਕ ਮਹਾਨ ਸ਼ਖਸੀਅਤ ਸੀ, ਪਰ ਕਹਿੰਦਾ ਅਫਸੋਸ ਵੀ ਆ ਚੂੜਿਆਂ ਦੇ ਹੱਥ ਗਿਆ। ਤੇ ਸਾਨੂੰ ਬੜਾ ਗੁੱਸਾ ਲੱਗਾ ਵੀ ਇਸ ਬੰਦੇ ਨੇ ਦਿਲ ਕਰੇ ਵੀ ਇੱਟ ਮਾਰੀ ਚੁੱਕ ਕੇ ਇਹਨੇ ਇੰਨੀ ਗੱਲ ਕਿਉਂ ਕਹੀ ਹੈ। ਪਰ ਹੁਣ ਮੈਨੂੰ ਉਹਦੀ ਗੱਲ ਜਦੋਂ ਆਉਂਦੀ ਚੇਤੇ ਤੇ ਮੈਨੂੰ ਉਹਦੇ ਤੇ ਗੁੱਸਾ ਨਹੀਂ ਆਉਂਦਾ, ਬਲਕਿ ਉਹਦੀ ਗੱਲ ਦੇ ਨਾਲ ਮੈਂ ਸਹਿਮਤ ਹੁੰਦਾ ਆ ਵੀ ਵਾਕਿਆ ਹੀ ਇਹ ਬੇਵਕੂਫ ਲੋਕਾਂ ਦੇ ਹੱਥ ਵਿੱਚ ਆ ਗਿਆ। ਉਹਨੇ ਤੇ ਕਿਹਾ ਸੀ ਮੈਂ ਬੇਵਕੂਫਾਂ ਨੂੰ ਇੱਜ਼ਤ ਵਾਲੇ ਬਣਾਵਾਂਗਾ, ਪਰ ਇਹ ਬੇਵਕੂਫ ਦੇ ਬੇਵਕੂਫ ਫਿਰ ਪਿਛਲੇ ਦਿਨ ਦੱਸਿਆ ਸੀ ਮੇਰੀ ਸੱਸ ਕਹਿੰਦੀ ਸੀ ਚੂੜਿਆਂ ਬਣਿਆ ਸਹਾਈ ਅਗਲ ਫੇਰ ਨਾ ਆਈ। ਯਿਸੂ ਮਸੀਹ ਦੇ ਵਿੱਚ ਵੀ ਆ ਕੇ ਅਕਲ ਨਹੀਂ ਆਈ। ਉਹਦਾ ਕਾਰਨ ਹੀ ਇਹ ਬਣਿਆ ਵੀ ਅਸੀਂ ਗੁਰੂ ਦਾ ਸਤਿਕਾਰ ਸਿਖਾਇਆ ਹੀ ਨਹੀਂ। ਅਸੀਂ ਬਰਾਬਰੀ ਤੇ ਲੈਣ ਦਾ ਉਸਤਾਦ ਤੇ ਸ਼ਗਿਰਦ ਦੀ ਉਸ ਅਹਿਮੀਅਤ ਨੂੰ ਖਤਮ ਕਰ ਦਿੱਤਾ। ਔਰ ਇਹੀ ਵਜ੍ਹਾ ਆ ਕਲੀਸਿਆਵਾਂ ਟੁੱਟ ਜਾਂਦੀਆਂ ਆ, ਇਹੀ ਵਜ੍ਹਾ ਇੱਕ ਖਾਦਮ ਆਉਂਦਾ ਆ ਉਹ ਜਦੋਂ ਪ੍ਰਚਾਰ ਕਰਦਾ ਆ ਸਾਰੇ ਲੋਕ ਟੁੱਟ ਕੇ ਤੇ ਉਹਦੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਆ। ਉਹਦਾ ਕਾਰਨ ਕੀ ਹੈ? ਕਾਰਨ ਸਤਿਕਾਰ ਦੀ ਹੀ ਵਜ੍ਹਾ ਆ, ਸਤਿਕਾਰ ਦੀ ਹੀ ਕਮੀ ਰਹਿ ਗਈ ਲੋਕਾਂ ਦੇ ਵਿੱਚ। ਇਸ ਕਲਾਮ ਨੂੰ ਅਸੀਂ ਦੱਸ ਹੀ ਨਹੀਂ ਸਕੇ ਤੇ ਲੋਕ ਇਸ ਕਲਾਮ ਨੂੰ ਸੁਣ ਹੀ ਨਹੀਂ ਸਕੇ ਵੀ ਇੱਕ ਟੀਚਰ ਜਿਹੜਾ ਤੁਹਾਡੀ ਜਾਨਾਂ ਦੇ ਵਾਸਤੇ ਦਿਨ ਰਾਤ ਰੋ ਰੋ ਕੇ ਦੁਆਵਾਂ ਕਰਦਾ, ਜਿਹਨੇ ਆਪਣਾ ਸਾਰਾ ਜੀਵਨ ਤੁਹਾਡੇ ਲੇਖੇ ਲਾ ਦਿੱਤਾ ਆ, ਉਹਦਾ ਤੁਹਾਡੇ ਦਿਲ ਦੇ ਵਿੱਚ ਘੱਟੋ ਘੱਟ ਸਤਿਕਾਰ ਹੋਣਾ ਚਾਹੀਦਾ ਹੈ। ਔਰ ਕੋਰਨੇਲੀਅਸ ਜਿਹੜਾ ਆਪਣੇ ਸਾਰੇ ਟੱਬਰ ਸਣੇ ਖੁਦਾ ਦਾ ਡਰ ਮੰਨਦਾ ਸੀ, ਇਹਦੇ ਡਰ ਦੀ ਪਹਿਚਾਣ ਆ ਕਿ ਕਿੰਨਾ ਡਰ ਮੰਨਦਾ ਸੀ। ਖੁਦਾ ਦੇ ਰੂਹ ਨੇ ਇਹਦੇ ਮਨ ਦੇ ਵਿੱਚ ਪਾਇਆ ਕਿ ਖੁਦਾ ਦਾ ਇੱਕ ਬੰਦਾ ਆ ਰਿਹਾ ਜਿਹਦੇ ਬਾਰੇ ਯਿਸੂ ਮਸੀਹ ਨੇ ਕਿਹਾ ਸੀ ਇਹ ਪਤਰਸ ਤੂੰ ਪੱਥਰ ਆ ਤੇ ਤੇਰੇ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ। ਖੁਦਾ ਦਾ ਇੱਕ ਮਹਾਨ ਸੰਤ ਆ ਰਿਹਾ ਆ ਤੇ ਮੈਨੂੰ ਕਿੱਦਾਂ ਉਹਦੇ ਵਿਲ ਕੰਮ ਦੇ ਵਿੱਚ ਖੜਾ ਹੋਣਾ ਚਾਹੀਦਾ ਹੈ? ਅਸੀਂ ਤੇ ਕਈ ਵਾਰੀ ਨੋਕ ਹੀ ਕਰਦੇ ਰਹਿੰਦੇ ਹਾਂ, ਕਈ ਵਾਰੀ ਬਹਿਲੀ ਮਾਰ ਦਿੰਦੇ ਹਾਂ, ਕਦੇ ਮਜਾਜ ਦੇ ਨਾਲ ਹੀ ਖੋਲਦੇ ਆ। ਜੇ ਪਹਿਲਾਂ ਚਲਦੀ ਹੈ ਤਾਂ ਵੀ ਬੇਇੱਜ਼ਤੀ ਹੋ ਜਾਂਦੀ ਹੈ, ਕਹਿੰਦੇ ਪਾਸਟਰ ਜੀ ਤੁਹਾਨੂੰ ਘੱਟੋ ਘੱਟ ਟਾਈਮ ਦੇ ਕੇ ਆਉਣਾ ਚਾਹੀਦਾ ਸੀ। ਜੇ ਲੇਟ ਜਾਂਦੇ ਹਾਂ ਤਾਂ ਵੀ ਬੇਇੱਜ਼ਤੀ ਹੋ ਜਾਂਦੀ, ਕਹਿੰਦੇ ਤੁਸੀਂ ਇੰਨਾ ਲੇਟ ਕਾਹਦੇ ਲਈ ਹੋ ਗਏ? ਮਤਲਬ ਪਾਸਟਰ ਤੇ ਵਿਚਾਰ ਆਸ ਪਾਸੇ ਬੇਇੱਜ਼ਤ ਹੋਣ ਦੇ ਲਈ ਠਹਿਰਾਇਆ ਗਿਆ ਉਹਦੇ ਵਿੱਚੋਂ। ਕਿਹਾ ਅਸੀਂ ਕੋਈਆਂ ਜਾਣ ਵਾਲੀਆਂ ਭੇਡਾਂ ਹੋ ਗਏ, ਸਾਨੂੰ ਤੇ ਹਰ ਪਾਸਿਓਂ ਬਸ ਲੋਕਾਂ ਦੀਆਂ ਤਾਨੇ ਮੀਣਿਆਂ ਨੇ ਲੈ ਲਿਆ। ਉਹ ਵਜ੍ਹਾ ਇਹ ਹੋਈ ਵੀ ਅਸੀਂ ਲੋਕਾਂ ਦੇ ਵਿੱਚ ਉਸ ਤਰ੍ਹਾਂ ਇੱਕ ਸੇਵਕ ਨੂੰ ਪੇਸ਼ ਹੀ ਨਹੀਂ ਕਰ ਸਕੇ ਜਿਸ ਤਰ੍ਹਾਂ ਇੱਕ ਸੇਵਕ ਨੂੰ ਪੇਸ਼ ਕਰਨਾ ਚਾਹੀਦਾ। ਦੁਆ ਸੇ